ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੇ ਦੂਜੇ ਦਿਨ ਅੱਜ ਹੁਸ਼ਿਆਰਪੁਰ ਦੇ ਬਾਜ਼ਾਰਾਂ 'ਚ ਪੂਰੀ ਤਰ੍ਹਾਂ ਬੇਰੌਣਕੀ ਰਹੀ ਅਤੇ ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਨਜ਼ਰ ਆਏ। ਇਸ ਦੌਰਾਨ ਜਿਹੜੇ ਲੋਕ ਬਿਨਾਂ ਕਿਸੇ ਕੰਮਕਾਜ ਤੋਂ ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਹੇ ਸਨ, ਉਹਨਾਂ 'ਤੇ ਪੁਲਿਸ ਵੱਲੋਂ ਸਖ਼ਤੀ ਵਰਤਦਿਆਂ ਹੋਇਆਂ ਉਹਨਾਂ ਨੂੰ ਥਾਣੇ ਅੰਦਰ ਡੱਕਿਆ ਗਿਆ ਅਤੇ ਚੇਤਾਵਨੀ ਦਿੰਦਿਆਂ ਹੋਇਆਂ ਉਹਨਾਂ ਨੂੰ ਛੱਡਿਆ ਗਿਆ। ਮੀਡੀਆ ਰਾਹੀਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜੋ ਅਹਤਿਆਤ ਵਰਤਣ ਦੀ ਅਪੀਲ ਕੀਤੀ ਗਈ ਆ ਉਹਨਾਂ ਨੂੰ ਪੂਰੀ ਤਰ੍ਹਾਂ ਅਮਲ 'ਚ ਲਿਆਂਦਾ ਜਾਵੇ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਹੁਸ਼ਿਆਰਪੁਰ ਦੀ ਸਿਚੁਏਸ਼ਨ ਪੀਸਫੁਲ ਹੈ, ਅਜੇ ਤੱਕ ਇਸ ਤਰ੍ਹਾਂ ਦੀ ਕੋਈ ਪੋਜ਼ਿਟਿਵ ਰਿਪੋਰਟ ਨਹੀਂ ਹੈਗੀ ਸਾਡੇ ਕੋਲ ਸ਼ਹਿਰ ਦੀ। ਬਿਲਕੁਲ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖ ਰਹੇ ਹਾਂ। ਜਿਹੜੇ ਲੋਕ ਲਾਅ ਐਂਡ ਆਰਡਰ ਨੂੰ ਤੋੜ ਰਹੇ ਆ ਉਹਨਾਂ ਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਵੀ ਕਰ ਰਹੇ ਹਾਂ। ਲੋਕਾਂ ਵੱਲੋਂ ਕਿਸ ਤਰ੍ਹਾਂ ਸਹਿਯੋਗ ਹੈ? ਜ਼ਿਆਦਾਤਰ ਲੋਕ ਘੁੰਮ ਰਹੇ ਆ। ਜ਼ਿਆਦਾਤਰ ਲੋਕ ਜਿਹੜੇ ਆ ਕੋਈ ਮੈਡੀਕਲ ਲੈਣ ਲਈ ਜਾਂ ਕੋਈ ਉਸ ਤਰ੍ਹਾਂ ਲੈਣ ਲਈ ਘੁੰਮ ਰਹੇ ਹੈਗੇ ਆ, ਲੇਕਿਨ ਫਿਰ ਵੀ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਤੁਸੀਂ ਆਪਣੇ ਆਪਣੇ ਘਰਾਂ 'ਚ ਜਾਓ ਅਤੇ ਇੱਦਾਂ ਮੂਵ ਨਾ ਕਰੋ। ਸਰ, ਕੱਲ੍ਹ ਕਈ ਜਗ੍ਹਾ 'ਤੇ ਪਰਚੇ ਵੀ ਦਰਜ ਕੀਤੇ ਗਏ ਨੇ, ਹੁਸ਼ਿਆਰਪੁਰ ਦੇ ਵਿੱਚ ਕੀ ਸਿਚੁਏਸ਼ਨ, ਕੀ ਮਾਮਲਾ ਆਇਆ ਸਾਹਮਣੇ ਇੱਦਾਂ ਦੇ ਤੱਕ? ਨਹੀਂ, ਹੁਸ਼ਿਆਰਪੁਰ ਦੇ ਵਿੱਚ ਜਿਹੜੇ ਇਹਨਾਂ ਦੇ ਕੁਛ ਟ੍ਰੈਫਿਕ ਚਲਾਨਸ ਵਗੈਰਾ ਜਾਂ ਕੁਛ ਹੈਗੇ ਸੀ ਉਸ ਟਾਈਮ ਕੀਤੇ ਗਏ ਸੀ, ਗੱਡੀਆਂ ਬੰਦ ਕੀਤੀਆਂ ਗਈਆਂ ਇਹਨਾਂ ਲੋਕਾਂ ਦੀਆਂ। ਕੁਝ ਨੌਜਵਾਨ ਜਾਂ ਲੋਕ ਆ ਵੈਸੇ ਹੀ ਬਿਨਾਂ ਕੰਮ ਤੋਂ ਵਜ੍ਹਾ ਘੁੰਮ ਰਹੇ, ਕੀ ਅਪੀਲ ਕਰਨਾ ਚਾਹੋਗੇ? ਮੈਂ ਉਹਨਾਂ ਨੌਜਵਾਨਾਂ ਨੂੰ ਫਿਰ ਇੱਕ ਵਾਰੀ ਹਦਾਇਤ ਪੁਲਿਸ ਪ੍ਰਸ਼ਾਸਨ ਵੱਲੋਂ ਕਰਦਾ ਵੀ ਉਹ ਆਪਣੇ ਆਪਣੇ ਘਰਾਂ 'ਚ ਬੈਠਣ, ਜੇਕਰ ਨਹੀਂ ਬੈਠਣਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। Are you ready to study? We have the Hoshiarpur's number one institute, well-equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.